ਰਜਪਾਲ ਕੌਰ ਗਿੱਲ ਦੀ ਪੁਸਤਕ ਟਾਣੀਆਂ ਟੁੱਟੇ ਦੀ ਪਹਿਲੀ ਕਹਾਣੀ ਹੈ ਗੁਲਾਬੀ ਸੂਟ ਤਕਰੀਬਨ 1 ਸਾਲ ਤੋਂ ਵੀ ਵੱਧ ਸਮਾਂ ਬੀਤ ਚੁੱਕਣ ਤੋਂ ਬਾਅਦ ਮੈਂ ਸੋਚਿਆ ਸ਼ੈਨਨ ਨੂੰ ਸਭ ਕੁਝ ਭੁੱਲ ਚੁੱਕਿਆ ਹੋਵੇਗਾ ਕਿਉਂਕਿ ਉਹਨੇ ਕਦੇ ਵੀ ਕੋਈ ਸ਼ਿਕਾਇਤ ਜਾਂ ਪਛਤਾਵਾ ਜ਼ਾਹਿਰ ਨਹੀਂ ਕੀਤਾ ਇਸ ਸਾਲ ਦੀਵਾਲੀ ਵਾਲੇ ਦਿਨ ਮੈਂ ਨਾ ਤਾਂ ਕੋਈ ਸੋਹਣਾ ਜਿਹਾ ਸੂਟ ਪਾ ਕੇ ਸਕੂਲ ਗਈ ਤੇ ਨਾ ਹੀ ਪਿਛਲੇ ਸਾਲ ਵਾਂਗ ਸਾਰੇ ਸਟਾਫ ਲਈ ਕੁਝ ਖਾਣ ਲਈ ਲੈ ਕੇ ਗਈ। ਮੈਨੂੰ ਅਜੇ ਵੀ ਪਿਛਲੇ ਸਾਲ ਦੀ ਦੀਵਾਲੀ ਦੇ ਦਿਨਾਂ ਵਾਲੀ ਘਟਨਾ ਪੂਰੀ ਤਰ੍ਹਾਂ ਯਾਦ ਹੀ ਨਹੀਂ ਸੀ। ਸਗੋਂ ਦਾ ਮੇਰੇ ਤੇ ਬਹੁਤ ਡੂੰਘਾ ਅਸਰ ਸੀ। ਮੇਰੀ ਹੈਰਾਨੀ ਦੀ ਉਦੋਂ ਕੋਈ ਹੱਦ ਨਾ ਰਹੀ ਜਦੋਂ ਦੀਵਾਲੀ ਦੇ ਹਫ਼ਤੇ ਕੁ ਬਾਅਦ ਸ਼ੈਨਨ ਨੇ ਸੱਜੇ ਜੇ ਮੇਰੇ ਕੋਲ ਆ ਕੇ ਇੱਕ ਤਹਿ ਕੀਤਾ ਕਾਗਜ਼ ਦਾ ਟੁਕੜਾ ਫੜਾਇਆ। ਜਦੋਂ ਮੈਂ ਉਸ ਕਾਗਜ਼ ਨੂੰ ਖੋਲਿਆ ਤਾਂ ਉਸ ਵਿੱਚ ਇੱਕ ਲੜਕੀ ਦੀ ਇੱਕ ਦਰਖਤ ਦੇ ਥੱਲੇ ਥੋੜੀ ਜਿਹੀ ਵਿੱਥ ਤੇ ਖੜੀ ਦੀ ਤਸਵੀਰ ਸੀ ਉੱਪਰਲੇ ਹਿੱਸੇ ਤੇ ਦੋ ਤਿਤਲੀਆਂ ਤੇ ਇੱਕ ਸੂਰਜ ਦੀ ਤਸਵੀਰ ਬਣਾਈ ਹੋਈ ਸੀ ਕਾਗਜ਼ ਤੇ ਲਿਖਿਆ ਸੀ ਮਿਸਿਸ ਗਿਲ ਵਾਸਤੇ ਸ਼ੈਨਨ ਵੱਲੋਂ ਮੈਨੂੰ ਕਾਗਜ਼ ਤੇ ਬਣਾਈ ਇਸ ਤਸਵੀਰ ਨੂੰ ਸਮਝਦਿਆਂ ਬਹੁਤੀ ਧੀਰ ਨਾ ਲੱਗੀ ਗੁਲਾਬੀ ਸੂਟ ਪਾਈ ਹੋਈ ਉਦਾਸ ਸ਼ੈਨਨ ਦਰਖਤ ਦੇ ਥੋੜੀ ਜਿਹੀ ਵਿੱਥ ਤੇ ਖੜੀ ਸੀ ਮੈਂ ਕਾਗਜ਼ ਨੂੰ ਆਪਣੇ ਡੈਸਕ ਤੇ ਰੱਖਿਆ ਸੋਚਦੀ ਤਾਂ ਸੀ ਕਿ ਸ਼ੈਨਨ ਨੂੰ ਕੋਲ ਬੁਲਾ ਕੇ ਇਸ ਤਸਵੀਰ ਬਾਰੇ ਪੁੱਛਾਂਗੀ ਸਮਾਂ ਮੁਨਾਸਬ ਨਹੀਂ ਸੀ ਕਿਉਂਕਿ ਕਲਾਸ ਨੂੰ ਪੜਾਉਣਾ ਸ਼ੁਰੂ ਕਰਨਾ ਸੀ ਰੋਜ਼ਾਨਾ ਦੀ ਹਾਜ਼ਰੀ ਲਾਉਣ ਮੌਸਮ ਤੇ ਕੈਲੰਡਰ ਦੀ ਸਮਾਪਤੀ ਤੋਂ ਬਾਅਦ ਸਾਰੇ ਬੱਚਿਆਂ ਨੂੰ ਲੈਂਗੁਏਜ ਆਰਟ ਦਾ ਕੰਮ ਕਰਨ ਲਈ ਗਿਆ ਟਾਈਮ ਟੇਬਲ ਦੇ ਮੁਤਾਬਕ ਬੱਚਿਆਂ ਨੇ ਆਪਣੀ ਆਪਣੀ ਕਲਪਿਤ ਕਹਾਣੀ ਲਿਖਣੀ ਸੀ ਜੋ ਇੱਕ ਜਾਂ ਦੋ ਬੱਚਿਆਂ ਦੁਪਹਿਰ ਤੋਂ ਬਾਅਦ ਕਲਾਸ ਨਾਲ ਸਾਂਝੀ ਕਰਨੀ ਸੀ ਮੇਰੀ ਨਜ਼ਰ ਜਦੋਂ ਸ਼ੈਨਨ ਦੀਆਂ ਨਜ਼ਰਾਂ ਨਾਲ ਟਕਰਾਂਦੀ ਤਾਂ ਉਹਦੇ ਚਿਹਰੇ ਤੇ ਇੱਕ ਸਵਾਲੀਆ ਚਿੰਨ ਨਜ਼ਰ ਆਉਂਦਾ ਜਿਵੇਂ ਉਹ ਮੇਰੇ ਕੋਲੋਂ ਕੁਝ ਪੁੱਛ ਰਹੀ ਹੋਵੇ ਸਾਰੇ ਬੱਚੇ ਚੁੱਪਚਾਪ ਲਿਖੀ ਜਾ ਰਹੇ ਸਨ ਮੈਨੂੰ ਲੱਗਿਆ ਜਿਵੇਂ ਸ਼ੈਨਨ ਲਿਖਣ ਦੀ ਬਜਾਏ ਕਾਗਜ਼ ਤੇ ਲਕੀਰਾ ਮਾਰ ਰਹੀ ਹੋਵੇ ਮੈਂ ਜਦੋਂ ਕੋਲ ਜਾ ਕੇ ਦੇਖਿਆ ਤਾਂ ਸੱਚੀ ਸ਼ੈਨਨ ਕਾਗਜ਼ ਤੇ ਲਕੀਰਾ ਮਾਰ ਰਹੀ ਸੀ ਜਦੋਂ ਮੈਂ ਸ਼ੈਨਨ ਨੂੰ ਪੁੱਛਿਆ ਕਿਉਂ ਕੁਝ ਲਿਖ ਕਿਉਂ ਨਹੀਂ ਰਹੀ ਤਾਂ ਉਹ ਸੈਜੇ ਜਿਹਾ ਮੇਰੇ ਕੰਨ ਚ ਕਹਿਣ ਲੱਗੀ ਕੀ ਮੈਂ ਲਿਖ ਸਕਦੀ ਹਾਂ ਕਿ ਮੈਨੂੰ ਮੇਰਾ ਗੁਲਾਬੀ ਸੂਟ ਕਿਵੇਂ ਵਾਪਸ ਮਿਲੇ ਮੈਂ ਕਿਹਾ ਜ਼ਰੂਰ ਉੰਜ ਤਾਂ ਮੈਨੂੰ ਕਦੇ ਵੀ ਕਲਾਸ ਦੌਰਾਨ ਆਪਣੇ ਡੈਸਕ ਦੇ ਪਿੱਛੇ ਪਈ ਕੁਰਸੀ ਤੇ ਬੈਠਣ ਦਾ ਘੱਟ ਹੀ ਮੌਕਾ ਮਿਲਦਾ ਹੈ ਸ਼ੈਨਨ ਨਾਲ ਬੀਤੀ ਪਿਛਲੇ ਸਾਲ ਵਾਲੀ ਘਟਨਾ ਮੈਨੂੰ ਯਾਦ ਆਉਣ ਨਾਲ ਮੇਰਾ ਆਪਾ ਝੰਜੋੜਿਆ ਗਿਆ ਬੱਚੇ ਲਿਖਦੇ ਗਏ ਮੈਂ ਆਪਣੀ ਕੁਰਸੀ ਤੇ ਬੈਠ ਗਈ ਸ਼ਾਨਨ ਵੱਲੋਂ ਦਿੱਤੀ ਤਸਵੀਰ ਨੂੰ ਖੋਲ ਕੇ ਵੇਖਣ ਲੱਗ ਪਈ। ਕੁਝ ਬੱਚੇ ਚੁੱਪਚਾਪ ਲਿਖੀ ਜਾ ਰਹੇ ਸਨ, ਕੁਝ ਨੇ ਰੌਲਾ ਵੀ ਪਾਉਣਾ ਸ਼ੁਰੂ ਕਰ ਦਿੱਤਾ ਸੀ। ਬਹੁਤੀ ਵਾਰੀ ਤਾਂ ਬਹੁਤੀ ਨਿਆਣੇ ਸਿਰ ਤੇ ਰਹਿਣ ਨਾਲ ਹੀ ਕੰਮ ਕਰਦੇ ਹਨ। ਮੈਂ ਇੱਕ ਦੋ ਵਾਰ ਕੁਰਸੀ ਤੇ ਬੈਠੀ ਨਹੀਂ ਬੱਚਿਆਂ ਨੂੰ ਚੁੱਪ ਰਹਿਣ ਦੀ ਹਦਾਇਤ ਦੇ ਕੇ ਆਪਣੀ ਨਜ਼ਰ ਸ਼ਾਨਨ ਦੀ ਬਣਾਈ ਤਸਵੀਰ ਤੇ ਗੱਡਦੀ ਹੋਈ ਨੇ। ਆਪਣੀ ਸੋਚ ਦਾ ਘੋੜਾ 1 ਸਾਲ ਤੋਂ ਵੱਧ ਪਹਿਲਾਂ ਵਾਪਰੀ ਘਟਨਾ ਵੱਲ ਦੌੜਾ ਲਿਆ। ਹਰ ਸਾਲ ਜਦੋਂ ਨਵੀਂ ਕਲਾਸ ਸ਼ੁਰੂ ਕਰਦੀਆਂ ਤਾਂ ਮੈਨੂੰ ਇੰਜ ਲੱਗਦਾ ਜਿਵੇਂ ਇੱਕ ਨਵੀਂ ਕਿਤਾਬ ਪੜ੍ਹਨੀ ਸ਼ੁਰੂ ਕੀਤੀ ਹੋਵੇ ਤੇ ਹਰ ਬੱਚਾ ਉਸ ਕਿਤਾਬ ਦਾ ਅਜੀਬ ਜਿਹਾ ਪਾਠ ਹੋਵੇ ਇਹਨਾਂ ਬੱਚਿਆਂ ਚ ਵਿਚਰਦਿਆਂ ਇੰਜ ਲੱਗਦਾ ਜਿਵੇਂ ਮੈਂ ਹਰ ਰੋਜ਼ ਨਵੇਂ-ਨਵੇਂ ਸਫ਼ਿਆਂ ਨਾਲ ਸਜੀ ਹੋਈ ਕਿਤਾਬ ਪੜ੍ਹ ਰਹੀ ਹੁਆ ਕਲਾਸ ਮਿਲਦਿਆਂ ਸਾਰੀ ਮੈਂ ਕਦੇ ਵੀ ਉਹਨਾਂ ਦੀ 온ਟਾਰੀਓ ਸਟੂਡੈਂਟ ਰਿਕਾਰਡ ਫਾਈਲ ਨਾ ਪੜ੍ਹਦੀ ਤਾਂ ਕਿ ਉਹਨਾਂ ਬਾਰੇ ਪਹਿਲਾਂ ਹੀ ਨਾ ਕੋਈ ਆਪਣੀ رائے ਨਿਸ਼ਚਿਤ ਕਰ ਲਵੇ ਮੈਂ ਜਾਣਨਾ ਹੀ ਨਹੀਂ ਚਾਹੁੰਦੀ ਸੀ ਕਿ ਕੌਣ ਜ਼ਿਆਦਾ ਹੁਸ਼ਿਆਰ ਹੈ ਕੌਣ ਘੱਟ ਹੁਸ਼ਿਆਰ ਅਜਿਆ ਕਰਨ ਨਾਲ ਮੈਨੂੰ ਆਪਣੀ ਕੋਸ਼ਿਸ਼ ਰਹੀ ਬੱਚਿਆਂ ਦਾ ਮੁਲਾਂਕਣ ਕਰਨ ਦਾ ਮੌਕਾ ਮਿਲਦਾ ਫਿਰ ਵੀ ਪਿਛਲੇ ਸਾਲ ਦੇ ਟੀਚਰ ਵੱਲੋਂ ਤਿਆਰ ਕੀਤੇ ਕਲਾਸ ਬਿਲਡਿੰਗ ਕਾਰਡਾਂ ਨੂੰ ਪੜਨਾ ਜ਼ਰੂਰੀ ਸਮਝਦੀ ਤਾਂ ਕਿ ਬੱਚੇ ਬਾਰੇ ਮੁੱਢਲੀ ਜਾਣਕਾਰੀ ਮਿਲ ਸਕੇ ਜਦੋਂ ਮੈਂ ਸ਼ੈਨਨ ਦਾ ਕਾਰਡ ਪੜ੍ਹ ਰਹੀ ਸੀ ਉਸ ਤੇ ਲਿਖਿਆ ਸੀ ਸ਼ੈਨਨ ਬਹੁਤ ਛੋਟੀ ਸੀ ਜਦੋਂ ਉਹਦੀ ਮਾਂ ਉਹਨੂੰ ਤੇ ਉਹਦੇ ਤਿੰਨ ਭਰਾਵਾਂ ਨੂੰ ਦਾਦੀ ਕੋਲ ਛੱਡ ਕੇ ਚਲੀ ਗਈ ਸੀ ਸ਼ੈਨਨ ਮਾਨਸਿਕ ਤੌਰ ਤੇ ਬਹੁਤੀ ਸੁਰੱਖਿਅਤ ਨਹੀਂ ਹੈ ਇਹ ਉਸ ਵੱਲ ਖਾਸ ਧਿਆਨ ਦੇਣ ਦੀ ਲੋੜ ਹੈ ਉਹ ਜੀ ਸ਼ੈਨਨ ਬਹੁਤ ਹੁਸ਼ਿਆਰ ਤੇ ਪੜਨ ਦੀ ਚਾਹਵਨ ਹੈ ਉਸ ਦਿਨ ਤੋਂ ਮੈਂ ਹਮੇਸ਼ਾ ਸ਼ੈਨਨ ਲਈ ਹੌਸਲਾ افزਾਈ ਦੇ ਲਫ਼ਜ਼ ਵਰਤਦੀ ਉਹ ਵੀ بار بار ਕੰਮ ਪੂਰਾ ਕਰਨ ਤੋਂ ਪਹਿਲਾਂ ਮੈਨੂੰ ਦਿਖਾਉਣਾ ਪਸੰਦ ਕਰਦੀ ਤਾਂ ਕਿ ਮੈਂ ਉਸ ਵੱਲ ਖਾਸ ਧਿਆਨ ਦੇਵਾਂ ਇਹ ਉਹਦੀ ਜ਼ਰੂਰਤ ਸੀ ਦੋ ਤਿੰਨ ਮਹੀਨਿਆਂ ਵਿੱਚ ਸ਼ਾਨਨ ਮੇਰੇ ਨਾਲ ਬਹੁਤ ਖੁੱਲ ਕੇ ਗੱਲਬਾਤ ਕਰਨ ਦੇ ਨਾਲ-ਨਾਲ ਖੁਸ਼ ਵੀ ਨਜ਼ਰ ਆਉਣ ਲੱਗ ਪਈ। ਦੀਵਾਲੀ ਵਾਲੇ ਦਿਨ ਮੈਂ ਆਪਣੀਆਂ ਕੁਝ ਹੋਰ ਸਾਥਣਾਂ ਸਮੇਤ ਸਕੂਲ ਵਿਖੇ ਵਧੀਆ ਤੇ ਸੋਹਣੇ ਸੂਟ ਪਾ ਕੇ ਜਾਂਦੀਆਂ ਤੇ ਸਾਰੇ ਸਟਾਫ ਵਾਸਤੇ ਖਾਣ ਲਈ ਸਮੋਸੇ, ਛੋਲੇ, ਪੂੜੀਆਂ ਤੇ ਮਠਿਆਈਆਂ ਲੈ ਕੇ ਜਾਂਦੀਆਂ। ਜਿਸ ਨੂੰ ਸਾਰੇ ਰਲ ਕੇ ਮਾਣਦੇ। ਸਵੇਰ ਵੇਲੇ ਪੀਏ ਸਿਸਟਮ ਰਾਹੀਂ ਸਾਰੇ ਸਕੂਲ 'ਚ ਦੀਵਾਲੀ ਦੀ ਜਾਣਕਾਰੀ ਦਿੱਤੀ ਜਾਂਦੀ। ਪਿਛਲੇ ਸਾਲ ਜਦੋਂ ਮੈਂ ਕਾਲੇ ਰੰਗ ਦੀ ਕਢਾਈ ਵਾਲਾ ਸੂਟ ਪਾ ਕੇ ਕਲਾਸ ਚ ਗਈ ਸਭ ਤੋਂ ਪਹਿਲਾਂ ਮੇਰੇ ਕੋਲ ਸ਼ੈਨਨ ਆਈ ਜਿਹਨੇ ਮੈਨੂੰ ਜੱਫੀ ਪਾ ਕੇ ਕਿਹਾ ਕਿ ਤੂੰ ਅੱਜ ਮੈਨੂੰ ਬਹੁਤ ਸੋਹਣੀ ਲੱਗਦੀ ਹੈ ਨਾਲ ਹੀ ਕਹਿ ਗਈ ਕਿ ਮੈਂ ਵੀ ਚਾਹੁੰਨੀ ਹਾਂ ਮੇਰੇ ਕੋਲ ਵੀ ਅਜਿਹਾ ਸੂਟ ਹੁੰਦਾ ਉਹਦੀ ਇਸ ਗੱਲ ਦਾ ਮੇਰੇ ਤੇ ਬਹੁਤ ਅਸਰ ਹੋਇਆ ਮੈਨੂੰ ਸ਼ੈਨਨ ਤੇ ਤਰਸ ਜਿਹਾ ਆ ਗਿਆ ਕਿ ਵਿਚਾਰੀ ਦੀ ਮਾਂ ਨਹੀਂ ਹੈ ਤੇ ਮੇਰਾ ਸਾਰਾ ਦਿਨ ਬਹੁਤ ਰੁਝੇਵਿਆਂ ਭਰਿਆ ਗੁਜ਼ਰਿਆ ਕਿਉਂਕਿ ਹਰ ਕਲਾਸ ਚ ਜਾ ਕੇ ਦੀਵਾਲੀ ਦੀ ਜਾਣਕਾਰੀ ਦੇਣੀ ਸੀ ਮੈਂ ਤਾਂ ਸਾਰਾ ਦਿਨ ਬੋਲ-ਬੋਲ ਕੇ ਥੱਕ ਗਈ ਸਾਂ ਜਦੋਂ 3 ਵਜੇ ਛੁੱਟੀ ਦੀ ਘੰਟੀ ਵੱਜੀ ਤਾਂ ਸ਼ੈਨਨ ਫਿਰ ਘਰ ਜਾਣ ਤੋਂ ਪਹਿਲਾਂ ਮੇਰੇ ਵੱਲ ਬਹੁਤ ਧਿਆਨ ਨਾਲ ਵੇਖ ਕੇ ਇੱਕ ਵਾਰ ਫਿਰ ਜੱਫੀ ਪਾ ਕੇ ਤੇ ਮਿਲ ਕੇ ਗਈ ਤੇ ਨਾਲ ਹੀ ਫਿਰ ਕਹਿ ਗਈ ਮੈਂ ਚਾਹੁੰਦੀ ਆ ਕਿ ਮੇਰੇ ਕੋਲ ਵੀ ਅਜਿਹਾ ਸੂਟ ਹੁੰਦਾ ਦੂਸਰੇ ਦਿਨ ਮੈਂ ਸ਼ੈਨਨ ਨੂੰ ਕੋਲ ਬੁਲਾ ਕੇ ਪੁੱਛਿਆ ਕਿਉਂ ਠੀਕ ਹੀ ਸੂਟ ਲੈਣਾ ਪਸੰਦ ਕਰਦੀ ਹੈ ਮੇਰੇ ਮੂੰਹੋਂ ਇਹ ਸੁਣ ਕੇ ਉਹਦੀ ਖੁਸ਼ੀ ਦੀ ਹੱਦ ਨਾ ਰਹੀ ਉਹਨੇ ਕਈ ਵਾਰ ਹਾਂ ਕਿਹਾ ਮੈਂ ਸ਼ੈਨਨ ਨੂੰ ਕਿਹਾ ਮੈਨੂੰ ਪਤਾ ਹੈ ਕਿ ਤੇਰੀ ਮੰਮੀ ਤਾਂ ਹੈ ਨਹੀਂ ਤੂੰ ਆਪਣੀ ਗ੍ਰੈਂਡਮਦਰ ਜਾਂ ਡੈਡੀ ਕੋਲੋਂ ਪੁੱਛ ਕੇ ਆਵੀਂ ਕਿ ਤੈਨੂੰ ਸੂਟ ਦੇ ਸਕਦੀਆਂ ਸ਼ੈਨਨ ਕਹਿਣ ਲੱਗੀ ਜ਼ਰੂਰ ਦੂਸਰੇ ਦਿਨ ਆਉਂਦੀਆਂ ਸਾਰੀ ਸ਼ੈਨਨ ਨੇ ਕਿਹਾ ਮੇਰੀ ਦਾਦੀ ਕਹਿੰਦੀ ਹੈ ਕਿ ਮੈਂ ਉਹਨੂੰ ਸੂਟ ਦੇ ਸਕਦੀਆਂ ਮੈਂ ਸੋਚਿਆ ਵੀਕੈਂਡ ਤੇ ਸਟੋਰ ਤੋਂ ਜਾ ਕੇ ਸ਼ੈਨਨ ਲਈ ਸੂਟ ਲਿਆ ਦੇਵਾਂਗੀ ਸਨੇਚਰਵਾਰ ਵਾਲੇ ਦਿਨ ਮੈਂ ਆਪਣੇ ਭਰਾ ਦੇ ਘਰ ਗਈ ਮੇਰੀਆਂ ਦੋ ਭਤੀਜੀਆਂ ਸ਼ਾਨਨ ਤੋਂ ਥੋੜੀਆਂ ਜੀਆਂ ਵੱਡੀਆਂ ਹਨ ਗੱਲਾਂ-ਗੱਲਾਂ ਵਿੱਚ ਹੀ ਮੇਰੀ ਪਰਜਾਈ ਕਹਿਣ ਲੱਗੀ ਕਿ ਉਹਦੀ ਭੈਣ ਨੇ ਮੇਰੀਆਂ ਭਤੀਜੀਆਂ ਵਾਸਤੇ ਅਜੇ ਕੱਲ ਪਰਸੋਂ ਹੀ ਬਹੁਤ ਸੋਹਣੇ ਸੂਟ ਭੇਜੇ ਹਨ ਪਰ ਉਹਨਾਂ ਦੀ ਮੇਰੇ 'ਚ ਨਹੀਂ ਆਏ ਮੈਂ ਕਿਹਾ ਲਿਆ ਦਿਖਾ ਕਿਹੜੇ ਸੂਟ ਹਨ ਮੈਨੂੰ ਵੀ ਇੱਕ ਸੂਟ ਚਾਹੀਦਾ ਹੈ ਉਹ ਇੱਕ ਬਹੁਤ ਸੋਹਣਾ ਗੁਲਾਬੀ ਸੂਟ ਚਮਕਦੀ ਕਢਾਈ ਵਾਲਾ ਲੈ ਕੇ ਆਈ ਮੈਂ ਸੂਟ ਦੇਖਦਿਆਂ ਸਾਰੀ ਕਿਹਾ ਕਿ ਇਹ ਸ਼ਾਨਨ ਦੇ ਬਿਲਕੁਲ ਠੀਕ ਆ ਜਾਏਗਾ ਮੈਂ ਆਪਣੀ ਪਰਜਾਈ ਨੂੰ ਕਿਹਾ ਕਿ ਮੈਂ ਕਿਰਨ ਜਾਂ ਨਵੀ ਨੂੰ ਹੋਰ ਸੂਟ ਲੈ ਕੇ ਦੇ ਦੇਵਾਂਗੀ ਇਹ ਸੂਟ ਮੈਨੂੰ ਦੇ ਦੇ ਸੋਮਵਾਰ ਜਦੋਂ ਮੈਂ ਸੂਟ ਲੈ ਕੇ ਕਲਾਸ 'ਚ ਗਈ ਤਾਂ ਸ਼ਾਨਨ ਦੀ ਖੁਸ਼ੀ ਦੀ ਹੱਦ ਨਾ ਰਹੀ ਸੂਟ ਦਾ ਰੰਗ ਸ਼ਾਨਨ ਦੀਆਂ ਗੁਲਾਬੀ ਗੱਲਾਂ ਨਾਲ ਮਿਲਦਾ ਸੀ ਤੇ ਕਢਾਈ ਸੁਨਹਿਰੀ ਵਾਲਾ ਨਾਲ ਮਿਲਦੀ ਸੀ ਸ਼ਾਨਨ ਨੇ ਇੱਕਦਮ ਵਾਸ਼ਰੂਮ 'ਚ ਜਾ ਕੇ ਸੂਟ ਪਾਈ ਸੂਟ ਇੱਕਦਮ ਉਹਦੇ ਮੇਜ ਸੀ ਤੇ ਸਜਿਆ ਵੀ ਬਹੁਤ ਸਭ ਤੋਂ ਪਹਿਲਾਂ ਸੂਟ ਪਾ ਕੇ ਪ੍ਰਿੰਸੀਪਲ ਤੇ ਵਾਈਸ ਪ੍ਰਿੰਸੀਪਲ ਨੂੰ ਦਿਖਾਉਣ ਗਈ ਫਿਰ ਵਾਰੀ-ਵਾਰੀ ਸਾਰੀਆਂ ਕਲਾਸਾਂ 'ਚ ਸੂਟ ਦਿਖਾਉਣ ਗਈ ਪਰ 6ਵੀਂ 7ਵੀਂ ਤੇ 8ਵੀਂ ਕਲਾਸ 'ਚ ਸ਼ੈਨਨ ਆ ਗਈ ਜਿਸ ਕਲਾਸ 'ਚ ਸ਼ੈਨਨ ਗਈ ਬੱਚਿਆਂ ਦੇ ਮੂੰਹ ਅੱਡੇ ਰਹਿ ਗਏ ਬਹੁਤੀਆਂ ਟੀਚਰਜ਼ ਨੇ ਦੇਖ ਕੇ ਸ਼ੈਨਨ ਨੂੰ ਕਿਹਾ ਕਿ ਤੂੰ ਅੱਜ ਰਾਜਕੁਮਾਰੀ ਲੱਗ ਰਹੀ ਹੈ ਸ਼ੈਨਨ ਦੀ ਉਸ ਦਿਨ ਦੀ ਖੁਸ਼ੀ ਤੇ ਸਵੈਮਾਨ ਨੂੰ ਬਿਆਨ ਕਰਨਾ ਮੁਸ਼ਕਲ ਜਿਹਾ ਲੱਗਦਾ ਮੈਂ ਵੀ ਉਹਦੇ ਨਾਲ ਬਹੁਤ ਖੁਸ਼ੀ ਕਿਉਂਕਿ ਪਹਿਲਾ ਦਿਨ ਸੀ ਜਦੋਂ ਸ਼ੈਨਨ ਨੂੰ ਪੂਰੀ ਤਰ੍ਹਾਂ ਖੁਸ਼ੀ 'ਚ ਮੈਂ ਦੇਖਿਆ। ਛੁੱਟੀ ਹੋਣ ਤੱਕ ਉਹਨੇ ਸੂਟ ਪਾਈ ਰੱਖਿਆ। ਘਰ ਜਾਣ ਦੇ ਵਕਤ ਉਹਨੇ ਆਪਣੀ ਸਕੂਲ ਵਾਲੀ ਵਰਦੀ ਪਾ ਲਈ ਤੇ ਸੂਟ ਲਾ ਕੇ ਪਲਾਸਟਿਕ ਦੇ ਬੈਗ 'ਚ ਪਾ ਲਿਆ। ਉਸ ਦਿਨ ਤੋਂ ਬਾਅਦ ਘਰ ਆ ਕੇ ਮੈਨੂੰ ਜਦੋਂ ਵੀ ਸ਼ੈਨਨ ਦੇ ਖੁਸ਼ੀ ਭਰੇ ਬੀਤੇ ਦਿਨ ਦੀ ਯਾਦ ਆਉਂਦੀ ਤਾਂ ਮੇਰਾ ਦਿਲ ਖੁਸ਼ੀ ਨਾਲ ਭਰ ਜਾਂਦਾ। ਜਦੋਂ ਦੂਸਰੇ ਦਿਨ ਮੈਂ ਸਕੂਲੇ ਗਈ ਤਾਂ ਸੋਚਦੀ ਸੀ ਕਿ ਸ਼ੈਨਨ ਦਾ ਚਿਹਰਾ ਦੇਖਣ ਵਾਲਾ ਹੋਵੇਗਾ। ਪਰ ਜਿਆ ਨਾ ਹੋਇਆ ਸਾਰੇ ਬੱਚੇ ਆਪਣੇ ਆਪਣੇ ਬੈਗ ਹੁੱਕਾਂ ਤੇ ਟੰਗ ਕੇ ਕਾਰਪਟ ਤੇ ਆ ਬੈਠੇ ਸ਼ਨਨ ਅਜੇ ਵੀ ਹੁੱਕਾਂ ਦੇ ਲਾਗੇ ਖੜੀ ਸੀ ਮੇਰੇ ਕਹਿਣ ਤੇ ਹਾਜ਼ਰੀ ਬੋਲਣ ਦਾ ਸੁਣ ਕੇ ਸ਼ਨਨ ਸਭ ਤੋਂ ਪਿੱਛੇ ਜਾ ਕੇ ਨੀਵੀਂ ਪਾ ਕੇ ਬੈਠ ਗਈ ਉਹਦੇ ਹੱਥ 'ਚ ਕੱਲ ਵਾਲਾ ਪਲਾਸਟਿਕ ਦਾ ਬੈਗ ਫੜਿਆ ਹੋਇਆ ਸੀ ਜਿਸ 'ਤੇ ਹੋਹੀ ਗੁਲਾਬੀ ਸੂਟ ਸੀ ਇਹ ਦੇਖ ਕੇ ਮੈਨੂੰ ਬੜੀ ਹੈਰਾਨੀ ਹੋਈ ਜਦੋਂ ਮੈਂ ਉਹਨੂੰ ਪੁੱਛਣ ਦੀ ਕੋਸ਼ਿਸ਼ ਕੀਤੀ ਤਾਂ ਫੁੱਟ ਫੁੱਟ ਕੇ ਰੋਣ ਲੱਗ ਪਈ ਥੋੜੀ ਦੇਰ ਹੁੱਪਕੀਆਂ ਲੈ ਕੇ ਰੋਂਦੀ ਰਹੀ ਮੈਂ ਉਹਦੇ ਕੋਲ ਜਾ ਕੇ ਉਹਦੀ ਉਂਗਲ ਫੜ ਕੇ ਆਪਣੀ ਕੁਰਸੀ ਕੋਲ ਲੈ ਆਈ ਤੇ ਪੁੱਛਿਆ ਕਿ ਰੋ ਕਿਉਂ ਰਹੀ ਐ ਸ਼ੈਨਾ ਨੇ ਹੁੱਪਕੀਆਂ ਲੈਂਦੀ ਹੋਈ ਨੇ ਕਿਹਾ ਕੱਲ ਜਦੋਂ ਮੈਂ ਘਰ ਜਾ ਕੇ ਆਪਣੀ ਦਾਦੀ ਨੂੰ ਸੂਟ ਪਾ ਕੇ ਦਿਖਾਇਆ ਉਹ ਕਹਿਣ ਲੱਗੀ ਹੁਣੇ ਸੂਟ ਲਾ ਮੈਂ ਤੈਨੂੰ ਇੰਡੀਅਨ ਨਹੀਂ ਬਣਨ ਦੇਣਾ ਚਾਹੁੰਦੀ ਪਰ ਮੈਂ ਤਾਂ ਸੂਟ ਨੂੰ ਦਿਲੋਂ ਪਿਆਰ ਕਰਦੀ ਆ ਹੁਣ ਮੈਨੂੰ ਸਮਝ ਆਈ ਕਿ ਮੇਰੀ ਮਾਂ ਸਾਨੂੰ ਛੱਡ ਕੇ ਕਿਉਂ ਚਲੀ ਗਈ ਹੋਵੇਗੀ ਸ਼ਾਇਦ ਮੇਰੀ ਦਾਦੀ ਨੇ ਉਹਨੂੰ ਵੀ ਇਸੇ ਤਰ੍ਹਾਂ ਕੁਝ ਨਾ ਕਰਨ ਦਿੱਤਾ ਹੋਵੇਗਾ ਸੁਣਦਿਆਂ ਸਾਰੀ ਮੇਰੇ ਪੈਰਾਂ ਹੇਠੋਂ ਮਿੱਟੀ ਨਿਕਲ ਗਈ ਕਿਉਂਕਿ ਸੂਟ ਲੈਣ ਤੋਂ ਪਹਿਲਾਂ ਸ਼ਾਨਨ ਨੇ ਦਾਦੀ ਕੋਲੋਂ ਪੁੱਛਿਆ ਸੀ ਤੇ ਉਹ ਵੀ ਜਾਣਦੀ ਸੀ ਕਿ ਸ਼ਾਨਨ ਦੀ ਟੀਚਰ ਇੰਡੀਅਨ ਹੈ ਸ਼ਾਨਨ ਦੀ ਹਾਲਤ ਵੇਖ ਕੇ ਸਾਰੇ ਬੱਚੇ ਆਪਣੀ ਆਪਣੀ ਸਲਾਹ ਦੇਣ ਲੱਗੇ ਉਹ ਵੀ ਸ਼ਾਨਨ ਨੂੰ ਨਿਰਾਸ਼ ਦੇਖ ਕੇ ਬੇਚੈਨ ਸਨ ਕੁਝ ਕੁ ਨੇ ਸਲਾਹ ਦਿੱਤੀ ਕਿ ਸੂਟ ਕਲਾਸ ਚ ਰੱਖ ਲਿਆ ਜਾਏ ਤੇ ਸ਼ਾਨਨ ਸਕੂਲ ਆ ਕੇ ਪਾ ਲਿਆ ਕਰੇ ਇਹ ਸਲਾਹ ਸੁਣ ਕੇ ਮੈਨੂੰ ਯਾਦ ਆਇਆ ਕਿ ਸਾਡੀ ਕਮਿਊਨਿਟੀ ਦੇ ਬਹੁਤ ਸਾਰੇ ਬੱਚੇ ਜਦੋਂ ਘਰੋਂ ਹੋਰ ਕੱਪੜੇ ਤੇ ਸਕੂਲ ਹੋਰ ਕੱਪੜੇ ਗੋਰੀਆਂ ਵਾਂਗ ਪਹੁੰਦੇ ਹਨ ਤੇ ਸਾਨੂੰ ਕਿੰਨਾ ਬੁਰਾ ਲੱਗਦਾ ਉਂਝ ਵੀ ਇਹ ਗੱਲ ਟੀਚਰ ਹੋਣ ਦੇ ਨਾਤੇ ਮੈਨੂੰ ਜੱਜਦੀ ਨਹੀਂ ਸੀ ਤੇ ਮੇਰੇ ਫਰਜ਼ ਦੇ ਵਿਰੁੱਧ ਜਾਂਦੀ ਹੋਣ ਕਰਕੇ ਮੈਂ ਨਾ ਕਰ ਦਿੱਤੀ ਇਸ ਤੋਂ ਬਾਅਦ ਬਹੁਤ ਸਾਰੇ ਬੱਚਿਆਂ ਨੇ ਸੂਟ ਲੈਣ ਦੀ ਖਾਸ਼ ਪ੍ਰਗਟ ਕੀਤੀ ਇਹ ਸੂਟ ਭਾਵੇਂ ਕੁੜੀਆਂ ਦੇ ਪਾਉਣ ਵਾਲਾ ਸੀ ਫਿਰ ਵੀ ਕਈ ਮੁੰਡਿਆਂ ਨੇ ਵੀ ਆਪਣੀਆਂ ਭੈਣਾਂ ਲਈ ਸੂਟ ਦੀ ਮੰਗ ਕੀਤੀ ਮੇਰੀ ਕਲਾਸ 'ਚ ਸਿਰਫ ਦੋ ਹੀ ਗੋਰੀਆਂ ਕੁੜੀਆਂ ਸਨ ਬਾਕੀ ਸਭ ਰੰਗਦਾਰ ਪਰ ਵੱਖ-ਵੱਖ ਨਸਲਾਂ ਦੇ ਬੱਚੇ ਸਨ ਸ਼ੈਨਨ ਤੋਂ ਇਲਾਵਾ ਇੱਕ ਹੋਰ ਗੋਰੀ ਕੁੜੀ ਟੇਲਰ ਨੇ ਵੀ ਮੇਰੇ ਕੋਲੋਂ ਸੂਟ ਦੀ ਮੰਗ ਕੀਤੀ ਮੈਂ ਸਭ ਨੂੰ ਨਾ ਕਰ ਦਿੱਤੀ ਤੇ ਸ਼ਰਤ ਰੱਖ ਦਿੱਤੀ ਜਿਹੜਾ ਬੱਚਾ ਸਭ ਤੋਂ ਪਹਿਲਾਂ ਆਪਣੇ ਮਾਂ ਜਾਂ ਬਾਪ ਨੂੰ ਮੇਰੇ ਕੋਲ ਲੈ ਕੇ ਆਣ ਕੇ ਸੂਟ ਦੀ ਮੰਗ ਕਰੇਗਾ ਮੈਂ ਉਹਨੂੰ ਸੂਟ ਦੇਵਾਂਗੀ ਟੇਲਰ ਜੋ ਤਕਰੀਬਨ ਸ਼ੈਨਨ ਵਰਗੀ ਲੱਗਦੀ ਸੀ ਕਲਾਸ ਦੇ ਸ਼ੁਰੂ ਵਿੱਚ ਮੈਨੂੰ ਭੁਲੇਖਾ ਵੀ ਪੈ ਜਾਂਦਾ ਸੀ ਉਹ ਬਹੁਤ ਕਾਲੀ ਨਾਲ ਆਪਣੀ ਮਾਂ ਜੋ ਉਦੀ ਸਕੂਲ ਦੇ ਬਾਹਰ ਉਡੀਕ ਕਰ ਰਹੀ ਸੀ ਇਹਨੂੰ ਲੈ ਆਈ ਉਹਦੀ ਮਾਂ ਮਿਸਜ਼ ਰੌਬਰਟਸਨ ਨੇ ਕਿਹਾ ਟੇਲਰ ਨੇ ਮੈਨੂੰ ਦੱਸਿਆ ਸੀ ਕਿ ਤੇਰੇ ਕੋਲ ਇੱਕ ਬਹੁਤ ਸੋਹਣਾ ਸੂਟ ਹੈ ਤੇ ਟੇਲਰ ਉਹਨੂੰ ਲੈਣਾ ਚਾਹੁੰਦੀ ਹੈ ਜਦੋਂ ਮੈਂ ਉਹਨੂੰ ਸ਼ੈਨਨ ਨਾਲ ਵਾਪਰੀ ਸਾਰੀ ਗੱਲਬਾਤ ਸੁਣਾਈ ਤਾਂ ਉਹਦੀ ਅੱਖਾਂ 'ਚ ਵੀ ਮੇਰੇ ਵਾਂਗ ਹੰਜੂ ਵਹਿ ਤੁਰੇ ਤੇ ਕਹਿਣ ਲੱਗੀ ਕਈ ਲੋਕ ਕਿੰਨੇ ਮਾੜੇ ਹੁੰਦੇ ਐ ਉਹਨਾਂ ਕੋਲ ਸੋਹਣੀ ਚੀਜ਼ ਦੇਖਣ ਦੀ ਸਮਰੱਥਾ ਨਹੀਂ ਹੁੰਦੀ ਉਹਨੇ ਕਿਹਾ ਮੈਂ ਇਹ suit ਟੇਲਰ ਲਈ ਲੈਣਾ ਚਾਹੁੰਨੀ ਆ ਇਹਨੂੰ ਬਹੁਤ ਸਜੇਗਾ ਟੇਲਰ suit ਲੈ ਕੇ ਬਹੁਤ ਖੁਸ਼ ਹੋਈ ਤੇ ਕਹਿਣ ਲੱਗੀ ਕਿ ਮੈਂ ਵੀ ਕੱਲ ਨੂੰ ਇਹ suit ਪਾ ਕੇ ਹਰ ਕਲਾਸ 'ਚ ਦਿਖਾਉਣ ਜਾਵਾਂਗੀ ਤੇ ਮੈਨੂੰ ਵੀ ਸਾਰੇ ਰਾਜਕੁਮਾਰੀ ਕਹਿਣਗੇ ਮੈਂ ਟੇਲਰ ਨੂੰ ਕਿਹਾ ਕਿ ਮੈਂ ਨਹੀਂ ਚਾਹੁੰਦੀ ਕਿ ਤੂੰ ਇਹ suit ਇੱਥੇ ਕਦੀ ਵਾਪਸ ਲਿਆਵੇਂ ਜਾਂ ਇੱਥੇ ਪਾਵੇਂ ਮੈਂ ਸ਼ੈਨਨ ਨੂੰ ਦੁਖੀ ਨਹੀਂ ਦੇਖਣਾ ਚਾਹੁੰਦੀ ਸੀ ਖੈਰ ਦੂਸਰੇ ਦਿਨ ਸ਼ੈਨਨ ਨੂੰ ਪਤਾ ਲੱਗ ਚੁੱਕਾ ਸੀ ਕਿ ਸੂਟ ਟੇਲਰ ਕੋਲ ਜਾ ਚੁੱਕਾ ਹੈ ਉਹ ਬਹੁਤ ਉਦਾਸ ਹੋਈ ਉਸ ਤੋਂ ਬਾਅਦ ਸਮੇਂ-ਸਮੇਂ ਟੇਲਰ ਮੈਨੂੰ ਦੱਸਦੀ ਰਹਿੰਦੀ ਕਿ ਕਿਵੇਂ ਉਹ ਕਿਹੜੀ-ਕਿਹੜੀ ਪਾਰਟੀ ਤੇ ਉਹ ਸੂਟ ਪਾ ਕੇ ਗਈ ਤੇ ਲੋਕ ਉਹਨੂੰ ਬਹੁਤ ਸੋਹਣੀ ਕਹਿੰਦੇ ਸਨ ਬੜੀ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਮੈਂ ਉਸ ਦਿਨ ਦੀ ਖੁਸ਼ੀ ਦੀ ਝਲਕ ਦੁਬਾਰਾ ਸ਼ੈਨਨ ਦੇ ਚਿਹਰੇ ਤੇ ਨਾ ਦੇਖ ਸકી ਅਗਲੇ ਸਾਲ ਪ੍ਰਿੰਸੀਪਲ ਨੇ ਮੈਨੂੰ ਅਗਲਾ ਗ੍ਰੇਡ ਪੜਾਉਣ ਲਈ ਕਿਹਾ ਟੇਲਰ ਨੂੰ ਮੈਂ ਹੋਰ ਟੀਚਰ ਕੋਲ ਭੇਜ ਦਿੱਤਾ ਤੇ ਸ਼ੈਨਨ ਨੂੰ ਫੇਰ ਦੁਬਾਰਾ ਕੁਝ ਹੋਰ ਬੱਚਿਆਂ ਨਾਲ ਆਪਣੇ ਕੋਲ ਹੀ ਰੱਖ ਲਿਆ ਮੈਂ ਸੋਚਦੀ ਸੀ ਸ਼ਾਇਦ ਸਮੇਂ ਨੇ ਸ਼ੈਨਨ ਦੇ ਸੂਟ ਵਾਲੀ ਘਟਨਾ ਨੂੰ ਕੁਝ ਕੁ ਪਿੱਛੇ ਪਾ ਦਿੱਤਾ ਹੋਵੇਗਾ ਪਰ ਮੇਰੀ ਹੈਰਾਨੀ ਦੀ ਹੱਦ ਨਾ ਰਹੀ ਜਦੋਂ ਸ਼ੈਨਨ ਨੇ ਗੁਲਾਬੀ ਸੂਟ ਵਿੱਚ ਉਦਾਸ ਦਰਖਤ ਥੱਲੇ ਖੜੀ ਦੀ ਆਪਣੀ ਤਸਵੀਰ ਬਣਾ ਕੇ ਲਿਆਂਦੀ ਉਨੇ ਆਪਣੀ ਫੋਟੋ ਬਾਹਾਂ ਤੋਂ ਬਿਨਾ ਬਣਾਈ ਸੀ ਮੈਨੂੰ ਇਕਦਮ ਉਸ ਆਰਟੀਕਲ ਦਾ ਖਿਆਲ ਆਇਆ ਜੋ ਮੈਂ ਯਾਕ ਯੂਨੀਵਰਸਿਟੀ ਦੇ ਟੀਚਰਸ ਕਾਲਜ ਪੜ੍ਹਦਿਆਂ ਸਮੇਂ ਇੱਕ ਵਿਦयक ਖੋਜੀ ਜਿਹਦਾ ਨਾਮ ਯਾਦ ਨਹੀਂ ਦਾ ਲਿਖਿਆ ਹੋਇਆ ਲੇਖ ਪੜ੍ਹਿਆ ਸੀ ਉਨੇ ਲਿਖਿਆ ਸੀ ਕਿ ਇੱਕ ਟੀਚਰ ਨੇ ਆਪਣੀ ਕਲਾਸ ਦੇ ਬੱਚਿਆਂ ਨੂੰ ਆਪਣੀ ਆਪਣੀ ਤਸਵੀਰ ਬਣਾਉਣ ਲਈ ਕਿਹਾ ਉਸ ਸਮੇਂ ਕੁਝ ਕੁ ਅਫਰੀਕਨ ਬੱਚਿਆਂ ਨੇ ਆਪਣੀਆਂ ਤਸਵੀਰਾਂ ਬਾਹਾਂ ਤੋਂ ਬਿਨਾ ਬਣਾਈਆਂ ਜਿਨ੍ਹਾਂ ਦਾ ਵਿਸ਼ਲੇਸ਼ਣ ਕੀਤਾ ਗਿਆ ਸੀ ਕਿ ਬੱਚੇ ਆਪਣੇ ਆਪ ਨੂੰ ਤਾਕਤਹੀਣ ਸਮਝਦੇ ਹਨ ਜਦੋਂ ਮੈਂ ਸਾਰੀ ਕਲਾਸ ਦੇ ਸਾਹਮਣੇ ਸ਼ੈਨਨ ਨੂੰ ਆਪਣੀ ਤਸਵੀਰ ਬਾਹਾਂ ਤੋਂ ਬਿਨਾਂ ਬਣਾਉਣ ਦਾ ਕਾਰਨ ਪੁੱਛਿਆ ਤਾਂ ਉਹ ਕਹਿਣ ਲੱਗੀ ਮੈਂ ਬਹੁਤ ਕਮਜ਼ੋਰ ਹਾਂ ਇੱਕ ਸੂਟ ਲੈਣ ਦਾ ਫੈਸਲਾ ਵੀ ਨਾ ਕਰ ਸਕੀ ਜੇ ਮੇਰੀਆਂ ਬਾਹਾਂ ਹੁੰਦੀਆਂ ਤਾਂ ਮੈਂ ਜ਼ਰੂਰ ਸੂਟ ਲੈ ਲੈਂਦੀ ਮੈਂ ਸ਼ੈਨਨ ਨੂੰ ਕਿਹਾ ਮੈਂ ਤੇਰੀ ਗੁਲਾਬੀ ਸੂਟ ਨਾਲ ਵਾਪਰੀ ਘਟਨਾ ਬਾਰੇ ਇੱਕ ਕਹਾਣੀ ਲਿਖਣਾ ਚਾਹੁੰਦੀ ਹਾਂ ਕਿ ਮੈਂ ਤੇਰਾ ਨਾਮ ਵਰਤ ਸਕਦੀ ਹਾਂ ਸ਼ੈਨਨ ਭੱਜ ਕੇ ਮੇਰੇ ਡੈਸਕ ਤੋਂ ਪੇਪਰ ਤੇ ਪੈਨ ਚੁੱਕ ਲਈ ਤੇ ਮੇਰੇ ਲਈ ਆਗਿਆ ਪੱਤਰ ਲਿਖਣ ਲੱਗ ਪਈ ਮੈਨੂੰ ਲੱਗਾ ਜਿਵੇਂ ਸ਼ੈਨਨ ਦੀਆਂ ਦੋਵੇਂ ਬਾਹਾਂ ਦੁਬਾਰਾ ਉੱਗ ਪਈਆਂ ਹੋਣ ਤੇ ਬਹੁਤ ਤਾਕਤਵਰ ਬਣ ਗਈ ਹੋਵੇ ਜੋ ਲਿਖ ਰਹੀ ਸੀ ਮੈਂ ਮਿਸਿਸ ਗਿਲ ਤੈਨੂੰ ਕਹਾਣੀ 'ਚ ਆਪਣਾ ਅਸਲੀ ਨਾਮ ਵਰਤਣ ਦੀ ਆਗਿਆ ਦੇ ਰਹੀ ਹਾਂ ਮੇਰੀ ਕਹਾਣੀ ਇੰਗਲਿਸ਼ ਤੋਂ ਇਲਾਵਾ ਬਾਕੀ ਭਾਸ਼ਾਵਾਂ ਵਿੱਚ ਵੀ ਲਿਖੀ ਧੰਨਵਾਦ